ਰਸ਼ੀਆ ਔਰ ਚਾਈਨਾ ਨੇ ਰਿਅਲਾਈਜ਼ ਕੀਤਾ ਕਿ ਵੀ ਜੇ ਅਸੀਂ ਅਮਰੀਕਾ ਨੂੰ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਪਿਛਾੜਨਾ ਹੈ ਤੇ ਜਿਹੜੀ ਅੱਜ ਇੰਟਰਨੈਸ਼ਨਲ ਟ੍ਰੇਡ ਦੀ ਕਰੰਸੀ ਹੈ ਡਾਲਰ ਉਹਦੇ ਬਰਾਬਰ ਕਰੰਸੀ ਖੜੀ ਕੀਤੀ ਜਾਏ 사우ਦੀ ਅਰੇਬੀਆ ਔਰ ਚਾਈਨਾ ਦੇ ਵਿਚਕਾਰ ਜਿਹੜਾ ਟ੍ਰੇਡ ਹੈ ਉਹ ਯਨ ਦੇ ਵਿੱਚ ਹੋਣ ਲੱਗ ਗਿਆ ਥੋੜਾ ਬਹੁਤ 10-15% ਅਜੇ ਮੇਜਰ ਤਾਂ ਡਾਲਰ ਹੀ ਹੈ ਇਸੇ ਤਰ੍ਹਾਂ ਕੁਝ ਦੇਰ ਰਸ਼ੀਆ ਔਰ ਇੰਡੀਆ ਦੇ ਵਿੱਚ ਵੀ ਰੁਪਈ ਔਰ ਰੂਬਲ ਜਿਹੜੀ ਉਹਨਾਂ ਦੀ ਕਰੰਸੀ ਆ ਰਸ਼ ਉਹਦੇ ਵਿੱਚ ਵੀ ਟ੍ਰੇਡ ਹੋਈ ਪਾਸੇ ਨੈਤਨ ਯਾਹੂ ਜੋ ਵਿਚਾਰ ਰਿਹਾ ਉਹ ਕਰ ਰਿਹਾ ਉਹ ਲਿਬਰਾਨਚ ਕੀ ਕੀਤਾ ਹੈ ਇਰਾਨ ਚ ਕੀ ਕੀਤਾ ਹੈ ਉਹਨੂੰ ਕੋਈ ਰੋਕਣ ਵਾਲਾ ਨਹੀਂ ਹਾਲਾਂ ਆਈਸੀਸੀ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨੂੰ ਕ੍ਰਿਮੀਨਲ ਐਲਾਨਿਆ ਹੋਇਆ ਕੂਟਨ ਜਿਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਕ੍ਰਿਮੀਨਲ ਐਲਾਨਿਆ ਕਿ ਵੀ ਵਾਰ ਕ੍ਰਿਮੀਨਲ ਦਾ ਮਤਲਬ ਹੁੰਦਾ ਜਿੱਥੇ ਜਾਏ ਫਾੜ ਲਓ ਤੇ ਕਿੱਥੇ 36 ਮੁਲਕਾਂ ਦੇ ਜਿਹੜੇ ਨੂ ਮੈਂਦੇ ਨੇ ਉਹ ਜਾ ਕੇ ਉਹਨਾਂ ਦੇ ਜਿਹਨਾਂ 'ਚ ਪ੍ਰੈਜ਼ੀਡੈਂਟ ਮੋਦੀ ਵਰਗਾ ਭਾਲੂ ਜੱਫੀ ਪਾਉਂਦਾ ਔਰ ਦੂਸਰੇ ਚਾਈਨਾ ਦਾ ਪ੍ਰੈਜ਼ੀਡੈਂਟ ਔਰ ਟਰਕੀ ਵਾਲਾ ਵੀ ਪਹੁੰਚਿਆ ਹੈ ਈਰਾਨ ਦਾ ਵੀ ਪ੍ਰੈਜ਼ੀਡੈਂਟ ਪਹੁੰਚਿਆ ਹੈ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀ ਅਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਵਿੱਚ ਬ੍ਰਿਕਸ ਮੁਲਕਾਂ ਦਾ ਸਿਖਰ ਸੰਮੇਲਨ ਜਿਹੜਾ ਹੋਇਆ ਹੈ ਔਰ ਬ੍ਰਿਕਸ ਜਿਸ ਵਿੱਚ ਮੁੱਢਲੇ ਤੌਰ ਤੇ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ ਸ਼ਾਮਲ ਸਨ ਔਰ ਬ੍ਰਿਕਸ ਦੀ ਸਥਾਪਨਾ ਜਿਹੜੀ ਹੈ ਲਗਭਗ 15 ਸਾਲ ਪਹਿਲਾਂ ਹੋਈ ਸੀ ਹੁਣ ਇਸ ਵਿੱਚ ਹੋਰ ਵੀ ਕਈ ਦੇਸ਼ ਜਿਹੜੇ ਨੇ ਸ਼ਾਮਲ ਕਰ ਲਏ ਗਏ ਨੇ ਔਰ ਇੱਕ ਤਰ੍ਹਾਂ ਨਾਲ ਬ੍ਰਿਕਸ ਦਾ ਜਿਹੜਾ ਪਲੇਟਫਾਰਮ ਹੈ ਰੂਸ ਤੇ ਚੀਨ ਵੱਲੋਂ ਅਮਰੀਕਾ ਸਮੇਤ ਪੱਛਮੀ ਜਗਤ ਦੇ ਖਿਲਾਫ ਖੜਾ ਕੀਤਾ ਹੈ ਜਾਰਿਆ ਸੋ ਇਹ ਆਪਣੇ ਮਿਸ਼ਨ ਵਿੱਚ ਕਿੰਨਾ ਕਾਮਯਾਬ ਹੋਵੇਗਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਰੇ ਬੜੇ ਰੜਾ ਦੇਖਣ ਸੁਣ ਲਈਆਂ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀਰਾਲ ਸਾਹਿਬ ਕੀ ਕਹਿਣਾ ਚਾਹੋਗੇ ਅਹ ਦੇਖੋ ਸੈਕੰਡ ਵਰਲਡ ਵਾਰ ਜਦੋਂ 1945 ਚ ਖਤਮ ਹੋਇਆ ਤੇ ਦੋ ਵੱਡੇ ਬਲੌਕ ਜਿਹੜੇ ਦੁਨੀਆ ਦੇ ਸਾਹਮਣੇ ਉੱਭਰੇ ਜਾ ਰਹੇ ਇੱਕ ਅਮਰੀਕਨ ਬਲੌਕ ਔਰ ਇੱਕ ਕਮਿਨਿਸਟ ਬਲੌਕ ਸੋਵੀਅਤ ਯੂਨੀਅਨ ਦੇ ਤਹਲੇ ਉਦੋਂ ਚਾਈਨਾ ਦੇ ਨਾਲ ਵੀ ਸੋਵੀਅਤ ਯੂਨੀਅਨ ਦੇ ਬਾਰਡਰ ਡਿਸਪੂਟ ਹੋਏ ਭਾਵੇਂ ਦੋਨੋਂ ਹੀ ਕਮਿਊਨਿਜ਼ਮ ਆਈਡੀਓਲੋਜੀ ਸੀ ਉੱਥੇ ਮਾਊਸੇ ਤੋਂ ਲੀਡ ਕਰ ਰਿਆ ਸੀ ਉੱਥੇ ਲੈਨਿਨਿਜ਼ਮ ਦਾ ਦੌਰ ਦੌਰਾਂ ਚੱਲ ਰਿਹਾ ਸੀ ਪਰ ਇਹ ਦੋਨੋਂ ਵੀ ਡਿਫਰੈਂਟ ਰ ਚਾਈਨਾ ਤਾਂ ਆਲਮੋਸਟ ਆਈਸੋਲੇਟਡ ਹੀ ਸੀ ਕਿਉਂਕਿ ਚਾਈਨਾ ਨੇ ਆਪਣੇ ਆਪ ਨੂੰ ਕਲੋਜ਼ ਕਰ ਲਿਆ ਸੀ ਜਦੋਂ ਤੱਕ 1970s ਦੇ ਵਿੱਚ ਪ੍ਰੈਜ਼ੀਡੈਂਟ ਨਿਕਸਨ ਦੇ ਵੇਲੇ ਹੈਨਰੀ ਕਿਸਿੰਜਰ ਆਈਂ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜ਼ੁਲਫিকার ਅਲੀ ਪੋਟੋ ਪ੍ਰਾਈਮ ਮਿਨਿਸਟਰ ਉਨਾ ਦੇ ਰਾਈ ਚਾਇਨਾ ਦੇ ਨਾਲ ਕਮਿਊਨੀਕੇਸ਼ਨ ਓਪਨ ਹੋਈ ਸੋ ਜ਼ਿਆਦਾ ਤੌਰ ਤੇ ਸੋਵੀਅਤ ਯੂਨੀਅਨ ਔਰ ਅਮਰੀਕਾ ਇਹ ਦੋ ਬਲੌਕ ਔਰ ਦੁਨੀਆ ਦੇ ਨੇਸ਼ਨ ਕਰਲੇ ਹੀ ਨਹੀਂ ਕਿ ਨੇਸ਼ਨਸ ਨੇ ਇਹਨਾਂ ਦੇ ਨਾਲ ਲਾਇਲਟੀ ਰੱਖੀ ਅਸੀਂ ਇਸ ਦੌਰ ਦੇ ਵਿੱਚ ਜਿੰਨੀਆਂ ਪ੍ਰੌਕਸੀ ਵਾਰਸ ਦੇਖਦੇ ਆ ਜਿਨ੍ਹਾਂ ਵਿੱਚ ਮਿਲੀਅਨਸ ਐਂਡ ਮਿਲੀਅਨਸ ਲੋਕ ਮਾਰੇ ਗਏ ਉਹ ਕੋਰੀਆ ਹੋਏ ਵਿਤਨਾਮ ਹੋਏ ਕੈਂਬੋਡੀਆ ਹੋਏ ਸਾਊਥ ਅਮਰੀਕਾ ਜਿ ਕੁਬਾ ਵੈਨਜ਼ੂਏਲਾ ਔਰ ਕਿਸ ਲੈਵਲ ਦੇ ਜਿਹੜੇ ਨੇ ਇਹ ਸਾਰੇ ਚੀ ਇੱਕ ਸਾਈਡ ਦੀ ਸਪੋਰਟ ਅਮਰੀਕਾ ਕਰਦਾ ਸੀ ਇੱਕ ਦੀ ਸੋਵੀਅਤ ਯੂਨੀਅਨ ਕਰਦਾ ਸੀ ਜੀ ਭਾਰਤ ਵਰਗਾ ਮੁਲਕ ਜਿਹੜਾ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਇੱਕ ਨੌਨ ਅਲਾਈਨ ਮੂਵਮੈਂਟ ਕੇ ਜਿਹਾ ਸੀ ਗੁੱਟ ਨਿਰਪੇਖ ਹੈ ਜਿਹਦੇ ਵਿੱਚ ਇਹਨਾਂ ਦੇ ਨਾਲ ਨਾਸਰ ਆਫ ਈਜੀਪਟ ਔਰ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਔਰ ਕੁਛ ਦਿਨ ਲਈ ਸੁਹਾਰਤੋ ਆਫ ਇੰਡੋਨੇਸ਼ੀਆ ਇਹ ਸਾਰੇ ਵੀ ਸੋਰ ਐਕਸਟੇਜ ਦੇ ਉੱਤੇ ਈਵਨ ਨੌਨ ਅਲਾਈਨਮੈਂਟ ਦੇ ਥੱਲੇ ਵੀ 100 ਦੇ ਕਰੀਬ ਮੁਲਕ ਸਨ ਲੇਕਿਨ ਹੌਲੀ 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 ਜਦੋਂ 1999 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਕਲਾਪਸ ਹੋਇਆ ਗੋਰਬਾਚੋフ ਦੇ ਪੀਰੀਅਡ ਦੇ ਵਿੱਚ ਫਿਰ ਅਮਰੀਕਾ ਐਜ਼ ਅ ਓਨਲੀ ਸੁਪਰ ਪਾਵਰ ਅਮਰਜ ਹੋਇਆ ਇਹ ਗੱਲ ਸਾਹਮਣੇ ਆਈ ਕਿ ਜੀ ਹੁਣ ਯੂਨੀਪੋਲਰ ਵਰਲਡ ਹੈ ਹੁਣ ਬਾਈਪੋਲਰ ਨਹੀਂ ਹੈ ਦੋ ਪੋਲਸ ਨਹੀਂ ਨੇ ਜੀ ਲੇਕਿਨ 911 ਦਾ ਜਿਹੜਾ ਚੈਲੰਜ ਸੀ ਅਮਰੀਕਾ ਦਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਸੁਪਰ ਪਾਵਰ ਸਟੇਟਸ ਨੂੰ ਜਾਂ ਉਸ ਦੀ ਜਿਹੜੀ ਤਾਕਤ ਸੀ ਉਹ ਚੈਲੰਜ ਹੋਈ ਖਾਸ ਤੌਰ ਤੇ ਇਰਾਕ ਵਾਰ ਜਦੋਂ 2003 ਚ ਅਮਰੀਕਾ ਨੇ ਆਪਣੇ ਤੌਰ ਤੇ ਵੈਪਨਸ ਆਫ ਮਾਸਟ ਡਿਸਟਰਕਸ਼ਨ ਦਾ ਇਲਜ਼ਾਮ ਸਦਾਮ ਹੁਸੈਨ ਤੇ ਲਾ ਕੇ ਕੀਤੀ ਜੀ ਫਰਾਂਸ ਨੇ ਡਿਸਟੈਂਸ ਕਰ ਲਿਆ ਉਹਨੇ ਜੁਆਇਨ ਨਹੀਂ ਕੀਤਾ ਔਰ ਇਵੇਂ ਐਰੋਜਨ ਪਾਵਰ ਦਾ ਸ਼ੁਰੂ ਹੋਇਆ ਔਰ ਹੌਲੀ ਹੌਲੀ ਚਾਈਨਾ ਭਾਵੇਂ ਵਰਲਡ ਸਟੇਜ ਦੇ ਉੱਤੇ 70s ਦੇ ਵਿੱਚ ਆਇਆ ਪਰ ਇੰਨੀ ਤੇਜ਼ੀ ਨਾਲ ਉਸ ਦੀ ਇਕਨੋਮਿਕਲ ਪ੍ਰੋਸੈਸ ਜਿਹੜੀ ਪ੍ਰੋਗਰੈਸ ਹੋਈ ਉਸ ਦਾ ਡਿਫੈਂਸ ਵੀ ਜਿਹੜਾ ਹੈ ਉਹ ਅੱਗੇ ਵਧਣਾ ਸ਼ੁਰੂ ਹੋਇਆ ਹੈ ਕਿ ਅੱਜ ਜਦੋਂ ਅਸੀਂ ਦੁਨੀਆ ਵਿੱਚ ਇਕਨੋਮੀ ਵਾਈਜ਼ ਗੱਲ ਕਰਦੇ ਆਂ ਤੇ ਅਮਰੀਕਾ ਦੀ ਲਗਭਗ 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ ਔਰ ਚਾਈਨਾ ਦੀ ਲਗਭਗ 18-19 ਟ੍ਰਿਲੀਅਨ ਡਾਲਰ ਦੀ ਹੈ ਰਸ਼ੀਆ ਇਕਨੋਮਿਕ ਫੀਲਡਸ ਤਾਂ ਕਿਤੇ ਸਟੈਂਡ ਨਹੀਂ ਕਰਦਾ ਪਰ ਉਹਦੀ ਆਰਮੀ ਸਟਰੋਂਗ ਹੈ ਉਸ ਦੇ ਕੋਲ ਨੈਚੁਰਲ ਰਿਸੋਰਸਸ ਔਇਲ ਗੈਸ ਮੈਟਲ ਇਹ ਚੀਜ਼ਾਂ ਨੇ ਬਹੁਤ ਵਧੀਆ ਇਸ ਪੀਰੀਅਡ ਚ ਜਦੋਂ ਚਾਈਨਾ ਦੀ ਅਮਰਜੈਂਸ ਹੋਈ ਔਰ ਅਮਰੀਕਾ ਨੇ ਚਾਈਨਾ ਨੂੰ ਫਿਊਚਰ ਦਾ ਇੱਕ ਟਾਰਗੇਟ ਸਮਝਦੇ ਆ ਕੇ ਰਾਬੰਦੀ ਸ਼ੁਰੂ ਕੀਤੀ ਤੇ ਫਿਰ ਨਵੀਆਂ ਸਫਬੰਦੀਆਂ ਸ਼ੁਰੂ ਹੋਈਆਂ ਜਿਨ੍ਹਾਂ ਨਵੀਆਂ ਸਫਬੰਦੀਆਂ ਦੇ ਵਿੱਚ ਜਿਹੜੀ ਇੱਕ ਮੰਗ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਇਸਟਰਿਕ 93 ਮੁਲਕ ਮੈਂਬਰ ਨੇ ਔਰ ਇਹ ਆਇਆ ਕਿ ਵੀ ਇਹ ਜਿਹੜੇ ਪੰਜ ਜਿਹੜੇ ਨਿਊਕਲੀਅਰ ਪਾਵਰ ਵਾਲੇ ਮੁਲਕ ਜਿਹੜੇ ਵੀਟੋ ਵੀਲਡਿੰਗ ਨੇ ਸਕورٹی ਕੌਂਸਲ ਜਿਠੇ ਨੇ ਅਮਰੀਕਾ Soviet Union ਜਦੋਂ ਕਲੈਪਸ ਹੋਇਆ ਉਹਦੀ ਥਾਂ ਰਸ਼ੀਆ ਨੇ ਲੈ ਲਈ ਉਹਨੂੰ ਵੀ ਵੀਟੋ ਪਾਵਰ ਮਿਲ ਗਈ ਚਾਈਨਾ UK ਐਂਡ ਫਰਾਂਸ ਕਿ ਭਈ ਇਹ ਐਕਸਪੈਂਸ਼ਨ ਹੋਣੀ ਚਾਹੀਦੀ ਹੈ ਇਹ ਮੰਗ ਉੱਠੀ ਕਿ ਭਈ ਇਹ ਜਿਹੜੀ ਹੈ ਦੁਨੀਆਂ ਵਿੱਚ ਤਾਂ Africa ਕੰਟੀਨੈਂਟ ਰਿਪਰੈਜ਼ੈਂਟ ਨਹੀਂ ਹੁੰਦਾ Asia ਦੇ ਵਿੱਚ ਇੰਡੀਆ ਨੂੰ ਲੱਗਾ ਜੀ ਅਸੀਂ ਹੁਣ ਪਾਵਰ ਅਮਰਜ ਹੋ ਰਹੇ ਹਾਂ ਸਾਡੀ ਵੀ ਥਾਂ ਹੋਣੀ ਚਾਹੀਦੀ ਹੈ ਸੋ ਕਟਿੰਗ ਦਾ ਸਟੋਰੀ ਸ਼ਾਟ ਲਗਭਗ 16 ਸਾਲ ਪਹਿਲਾਂ ਜਿਹੜਾ ਇਹ ਪੰਜ ਮੁਲਕਾਂ ਨੇ ਇੱਕ ਐਲਾਈਅੰਸ ਬਣਾਇਆ ਉਦੋਂ ਅੱਜ ਜਿਵੇਂ ਇੱਕ ਬਲੌਕ ਬਣ ਕੇ ਅਮਰੀਕਾ ਨੈਟੋ ਜਾਂ ਵੈਸਟਰਨ ਪਾਵਰਸ ਦੇ ਅਗੇਂਸਟ ਜਿਵੇਂ ਬ੍ਰਿਕਸ ਖਲੋ ਗਈ ਲੱਗਦੀ ਹੈ ਇਵੇਂ ਨਹੀਂ ਸੀ ਉਦੋਂ ਇਹ ਪੰਜ ਮੁਲਕ ਜਿਹਦਾ ਨਾਮ ਬ੍ਰਿਕਸ ਰੱਖਿਆ ਗਿਆ ਬ੍ਰਾਜ਼ੀਲ ਕਿਉਂਕਿ ਉਹਦੀ ਸਾਊਥ ਅਮਰੀਕਾ ਚੋਂ ਇੱਕ ਇਕਨੋਮਿਕਲੀ ਪ੍ਰੋਸਪਰ ਕਰ ਰਿਹਾ ਸੀ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਭਾਵੇਂ ਅੱਜ ਸਾਊਥ ਅਫਰੀਕਾ ਉਹਨਾ ਸਟਰੋਂਗ ਨਹੀਂ ਰਿਹਾ ਲੇਕਿਨ ਹੌਲੀ 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 ਇਹ ਪੰਜ ਮੁਲਕਾਂ ਦਾ ਐਲਾਈਅੰਸ ਜਿਹੜਾ ਸ਼ੁਰੂ ਹੋਇਆ ਹੌਲੀ ਹੌਲੀ ਐਕਸਪੈਂਡ ਹੁੰਦੇ ਆ ਹੁਣ ਜਿਹੜੀ ਇਹ ਬ੍ਰਿਕਸ ਦੀ 16ਵੀਂ ਕਾਨਫਰੰਸ ਰਸ਼ੀਆ ਨੇ ਹੋਸਟ ਕੀਤੀ ਹੈ ਔਰ ਇਹ ਵੈਸਟਰਨ ਰਸ਼ੀਆ ਦਾ ਕਸਾਨ ਜਾਂ ਕਜ਼ਾਨ ਸ਼ਹਿਰ ਹੈ ਜਿਸ ਤੇ ਵਿੱਚ ਹੋਈ ਔਰ ਇੱਕ ਅੰਦਾਜ਼ੇ ਮੁਤਾਬਕ ਇਸ ਤੇ ਵਿੱਚ 36 ਮੁਲਕਾਂ ਦੇ ਲੀਡਰ ਜਿਹੜੇ ਨੇ ਸ਼ਾਮਲ ਹੋਏ ਹਾਲਾਂ ਇਹਦੇ ਚ ਇਸ ਵਾਰ ਬ੍ਰਾਜ਼ੀਲ ਦੇ ਔਰ ਕਿਊਬਾ ਦੇ ਹੈਡ ਸ਼ਾਮਲ ਨਹੀਂ ਹੋਏ ਕਿਉਂਕਿ ਡੈਲੀਗੇਸ਼ਨ ਦਾ ਉਹਨਾਂ ਦਾ ਆਇਆ ਬ੍ਰਾਜ਼ੀਲ ਵਾਲਾ ਬਾਈ ਕੈਮਰਾ ਆਇਆ ਉਹਦੀ ਹੈਮਰੇਜ ਹੋਈ ਹੈ ਜਾਂ ਕਿਵੇਂ ਹੈ ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਖਾਸ ਤੌਰ ਤੇ ਜਿਵੇਂ ਅਸੀਂ ਆਲਰੇਡੀ ਇਹ ਡਿਸਕਸ ਕਰਕੇ ਹਟੇ ਕਿ ਇੰਡੀਆ ਔਰ ਚਾਈਨਾ ਦੇ ਪ੍ਰੀਮੀਅਰਸ ਵੀ ਆਪਸ ਦੇ ਵਿੱਚ ਮਿਲੇ ਔਰ ਸੋ ਕਾਲ ਸਮਝੌਤਾ ਵੀ ਹੋ ਗਿਆ ਰਸ਼ੀਅਮ ਰਸ਼ੀਆ ਔਰ ਚਾਈਨਾ ਆਲਰੇਡੀ ਵੈਰੀ ক্লোਜ਼ ਨੇ ਛੋਟਾ ਵੱਡਾ ਭਰਾ ਛੋਟਾ ਭਰਾ ਬਣੇ ਹੋਏ ਨੇ ਔਰ ਇਹ ਸਾਰੇ ਦੇ ਵਿੱਚ ਕਿਉਂਕਿ ਰਸ਼ੀਆਰ ਚਾਈਨਾ ਨੇ ਰਿਅਲਾਈਜ਼ ਕੀਤਾ ਕਿ ਵੀ ਜੇ ਅਸੀਂ ਅਮਰੀਕਾ ਨੂੰ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਪਿਛੜਨਾ ਹੈ ਤੇ ਜਿਹੜੀ ਅੱਜ ਇੰਟਰਨੈਸ਼ਨਲ ਟ੍ਰੇਡ ਦੀ ਕਰੰਸੀ ਹੈ ਡਾਲਰ ਉਹਦੇ ਬਰਾਬਰ ਕਰੰਸੀ ਖੜੀ ਕੀਤੀ ਜਾਏ ਸੋ ਉਹਦੇ ਲਈ ਆਲਰੇਡੀ ਏਸ਼ੀਆਨ ਦਾ ਮੋਡ ਵੀ ਹੈ ਏਸ਼ੀਆਨ ਡਿਵੈਲਪਮੈਂਟ ਬੈਂਕ ਵੀ ਹੈ ਔਰ ਇਹ ਵੀ ਹੈ ਜਿਵੇਂ ਹੁਣ ਆਲਰੇਡੀ ਸਾਊਦੀ ਅਰੇਬੀਆ ਔਰ ਚਾਈਨਾ ਦੇ ਵਿਚਕਾਰ ਜਿਹੜਾ ਟ੍ਰੇਡ ਹੈ ਉਹ ਯਨ ਦੇ ਵਿੱਚ ਹੋਣ ਲੱਗ ਗਿਆ ਹੈ ਥੋੜਾ ਬਹੁਤ 10-15% ਅਜੇ ਮੇਜਰ ਤਾਂ ਡਾਲਰ ਹੀ ਹੈ ਇਸੇ ਤਰ੍ਹਾਂ ਕੁਝ ਦੇਰ ਰਸ਼ੀਆ ਔਰ ਇੰਡੀਆ ਦੇ ਵਿੱਚ ਵੀ ਰੁਪਈਆ ਔਰ ਰੁਬਲ ਜਿਹੜੀ ਉਹਨਾਂ ਦੀ ਕਰੰਸੀ ਆ ਰਸ਼ ਉਹਦੇ ਵਿੱਚ ਵੀ ਟ੍ਰੇਡ ਹੋਈ ਸੋ ਕੁੱਲ ਮਿਲਾ ਕੇ ਜਿਹੜੀ ਬ੍ਰਿਕਸ ਦੀ ਕਾਨਫਰੰਸ ਹੋਈ ਜਿਸ ਤੇ ਵਿੱਚ ਨੂੰ 16 ਨੂੰ ਪ੍ਰੈਜ਼ਾਈਡ ਕੀਤਾ ਹੁਣ ਇਹਦੇ ਵਿੱਚ ਦਿਲਚਸਪ ਗੱਲ ਇਹ ਹੈ ਜਿੱਥੇ ਦੁਨੀਆ ਦਾ ਡਿਸਿਪਲਨ ਟੁੱਟ ਰਿਹਾ ਲੱਗਦਾ ਹੁਣ ਇੱਕ ਪਾਸੇ ਨੈਤਨਜਾਹੂ ਜੋ ਵਿਚਾਰ ਰਿਹਾ ਉਹ ਕਰ ਰਿਹਾ ਹੈ ਉਹ ਲਿਬਰਾਂਚ ਕੀ ਕੀਤਾ ਹੈ ਈਰਾਨ ਚ ਕੀ ਕੀਤਾ ਹੈ ਉਹਨੂੰ ਕੋਈ ਰੋਕਣ ਵਾਲਾ ਨਹੀਂ ਹਾਲਾਂ ICC ਨੇ انٹرਨੈਸ਼ਨਲ ਕ੍ਰਿਮੀਨਲ ਕੋਰਟ ਨੇ ਉਹਨੂੰ ਕ੍ਰਿਮੀਨਲ ਐਲਾਨਿਆ ਹੋਇਆ ਹੁਣ ਦੂਸਰੇ ਪਾਸੇ ਪੁਤਿਨ ਜਿਹਨੂੰ انٹرਨੈਸ਼ਨਲ ਕ੍ਰਿਮੀਨਲ ਕੋਰਟ ਨੇ ਕ੍ਰਿਮੀਨਲ ਐਲਾਨੇ ਜਿਹੜਾ ਜੈਨੋਸਾਈਡ ਲਈ ਜ਼ਿੰਮੇਵਾਰ ਹੈ ਜਿਹਨੇ ਯੂਕਰੇਨ ਮੁਲਕ ਦੀ ਸੋਵਰਨਿਟੀ ਨੂੰ ਵਾਇਓਲੇਟ ਕੀਤਾ ਹੈ ਲੱਖਾਂ ਰਸ਼ੀਅਨ ਔਰ ਯੂਕਰੇਨੀਅਨ ਮਰ ਰਹੇ ਨੇ 2 ਸਾਲ ਤੋਂ ਜ਼ਿਆਦਾ ਹੋ ਰਿਹਾ ਹੁਣ ਕਿੱਥੇ ਤਾਂ ਉਹ ਵਾਰ ਕ੍ਰਿਮੀਨਲ ਹੈ ਕਿ ਵੀ ਵਾਰ ਕ੍ਰਿਮੀਨਲ ਦਾ ਮਤਲਬ ਹੁੰਦਾ ਜਿੱਥੇ ਜਾਏ ਫਾੜ ਲੋ ਤੇ ਕਿੱਥੇ 70 ਮੁਲਕਾਂ 36 ਮੁਲਕਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਜਾ ਕੇ ਉਹਨਾਂ ਦੇ ਜਿਹਨਾਂ ਚ ਪ੍ਰੈਜ਼ੀਡੈਂਟ ਮੋਦੀ ਵਰਗਾ ਭਾਲੂ ਜੱਫੀ ਪਾਉਂਦਾ ਔਰ ਦੂਸਰੇ ਚਾਈਨਾ ਦਾ ਪ੍ਰੈਜ਼ੀਡੈਂਟ ਔਰ 터ਕੀ ਵਾਲਾ ਵੀ ਪਹੁੰਚਿਆ ਹੈ ਈਰਾਨ ਦਾ ਵੀ ਪ੍ਰੈਜ਼ੀਡੈਂਟ ਪਹੁੰਚਿਆ ਕਿਉਂਕਿ ਪਿਛਲੇ ਸਾਲ ਇਹਨਾਂ ਨੇ ਜਦੋਂ ਇਹਨੂੰ ਐਕਸਪੈਂਡ ਕੀਤਾ ਹੈ ਬ੍ਰਿਕਸ ਨੂੰ ਤੇ ਚਾਰ ਜਿਹੜੇ ਮੁਲਕ ਨੇ ਜਿਹੜਾ ਨੇ ਨਵਾਂ ਇਹਨਾਂ ਨੂੰ ਜੁਆਇਨ ਕੀਤਾ ਉਹਨਾਂ ਦੇ ਵਿੱਚ ਈਜੀਪਟ ਈਥੋਪੀਆ ਈਰਾਨ ਦੇ ਯੂਏਈ ਹੁਣ ਯੂਏਈ ਦੇ ਵਿੱਚ ਅਮਰੀਕਾ ਦੇ ਫਾਜੀ ਬੇਸ ਹੋਣ ਦੇ ਯੂਏਈ ਔਰ ਈਰਾਨ ਈਥੋਪੀਆ ਔਰ ਈਜੀਪਟ ਉਹ ਜਾ ਕੇ ਜੁਆਇਨ ਕਰਦੇ ਨੇ ਔਰ 30 36 ਮੁਲਕਾਂ ਦੇ ਪ੍ਰੈਜ਼ੀਡੈਂਟ ਦੂਜੇ ਤੀਜੇ ਉਹਦੇ ਨਾਲ ਜਫੀਆਂ ਪਾਉਂਦੇ ਨੇ ਸੋ ਇਹ ਤਾਂ ਗੱਲ ਮੁੱਕ ਗਈ ਕਿ ਜੇ ਇੰਟਰਨੈਸ਼ਨਲ ਕ੍ਰਾਈਮਨਲ ਹੈ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਨੇ ਉਹਨੂੰ ਕ੍ਰਾਈਮਨਲ ਾਨਿਆ ਹੋਇਆ ਹੈ ਔਰ ਇਸ ਸਾਰੇ ਦੇ ਚਲਦੇ ਆ ਹਾਲਾਂ ਹੁੰਦੀਆਂ ਤਾਂ ਇਹ ਫਾਰਮਲ ਜੀਆਂ ਗੱਲਾਂ ਹੀ ਨੇ ਕਿ ਜੇ ਅਸੀਂ ਕਰੰਸੀ ਚਲਾਵਾਂਗੇ ਬਣਾਵਾਂਗੇ ਕੀ ਬਣਾਉਣਗੇ ਕੀ ਨਹੀਂ ਬਣਾਉਣਗੇ ਪਰ ਇਸ ਸਾਰੇ ਦੇ ਚਲਦੇ ਆ ਕਿ ਵੀ ਉਹਦੇ ਹੱਥ ਖੂਨ ਨਾਲ ਰੰਗੇ ਹੋਏ ਨੇ ਪੁੱਤਨ ਦੇ ਯੂਕਰੇਨ ਦੇ ਵਿੱਚ ਉਹ ਵਾਇਲਟ ਕਰ ਰਿਹਾ ਲਾ ਨੂੰ ਔਰ ਇਸ ਸਭ ਦੇ ਬਾਵਜੂਦ ਜੇ ਮਲਟੀਪਲ ਜਿਹੜੇ ਲੀਡਰ ਈਵਨ ਤੁਰਕੀ ਦਾ ਤਾਇਪ ਤਾਇਪ ਅਰਦੋਗਨ ਵੀ ਗਿਆ ਹੈ 이란 ਦਾ ਨਵਾਂ ਪ੍ਰੈਜ਼ੀਡੈਂਟ ਮਸਾਉਦ ਪੈਜ਼ੇਕਰਨ ਕਿ ਵੀ ਗਿਆ ਹੈ ਔਰ ਇਸਾਰੇ ਦੇ ਚਲਦੇ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ ਉਹ ਯੂਨਾਈਟਿਡ ਨੇਸ਼ਨਸ ਹੋਏ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੋਏ ਇਹਨਾਂ ਦੀ ਕ੍ਰੈਡੀਬਿਲਟੀ ਵੀ ਦਾਤੇ ਲੱਗੀ ਹੋਈ ਹੈ ਔਰ ਪੁਤਿਨ ਵਰਗਾ ਜਿਹੜਾ ਕਾਤਲ ਹੈ ਔਰ ਜਿਹੜਾ ਵਾਇਓਲੇਟਰ ਹੈ ਵਰਸਟ ਹਿਊਮਨ ਰਾਈਟਸ ਕਰਨ ਵਾਲਾ ਉਹਨੂੰ ਰੈਕਗਨੀਸ਼ਨ ਵੀ ਮਿਲ ਰਹੀ ਹੈ ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਸਿਕਸਵਰ ਜਸਟਿਸ ਨੇ ਇਸ ਦੇ ਉੱਤੇ ਇੱਕ ਕਾਲ ਵੀ ਦਿੱਤੀ ਹੈ ਕਿ ਭਾਈ ਅਸੀਂ ਬ੍ਰਿਕਸ ਦੇ ਖਿਲਾਫ ਜਿਹੜਾ ਹੈ ਉਸ ਨੂੰ ਤੋੜਾਂਗੇ। ਹਮਮ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਇੱਕ ਜਦੋਂ ਸ਼ੈਤਾਨ ਆਂਦਾ ਹੈ ਤੇ ਉਹਦੇ ਆਲੇ-ਦੁਆਲੇ ਉਸ ਕਿਸਮ ਦੇ ਸ਼ਤੂਂਗੜੇ ਹਮਮ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ। ਕੋਈ ਦੇ ਵਿੱਚ ਇਹ ਤਾਨਾਸ਼ਾਹ ਦਾ ਸਮੂਹ ਔਰ ਜਿਵੇਂ ਮੋਦੀ ਜਾ ਕੇ ਔਰ ਇੰਡੀਆ ਜਾ ਕੇ ਉਹਦਾ ਹਿੱਸਾ ਬਣਿਆ ਔਰ ਇਧਰ ਆਪਣਾ ਸਾਰਾ ਜਿਹੜਾ ਉਹਨੂੰ ਭੁੱਲ ਗਿਆ ਵੀ ਅਸੀਂ ਜਮਹੂਰੀਅਤ ਤੇ ਅਸੀਂ ਫਲਾਣੇ ਤੇ ਅਸੀਂ ਟਿਮਕੇ ਸੋ ਹਾਲ ਦੀ ਘੜੀ ਇੱਕ ਬ੍ਰਿਕਸ ਦਾ ਐਲਾਈਅੰਸ ਅਮਰੀਕਾ ਔਰ ਪਛਮੀ ਜਗਤ ਤੇ ਨੈਟੋ ਨੂੰ ਚੈਲੰਜ ਕਰਨ ਵਾਲਾ ਜ਼ਰੂਰ ਹੈ ਪਰ ਆਉਣ ਵਾਲੇ ਪੀਰੀਅਡ ਚ ਜਿਹਨੂੰ ਜਿਹਨੂੰ ਅਮਰੀਕਾ ਦੀ ਘੁਰਕੀ ਮਿਲਦੀ ਗਈ ਫਿਰ ਕਿਹੜਾ ਕਿਹੜਾ ਪਿੱਛੇ ਹਟਦਾ ਕਿਹੜਾ ਕਿਹੜਾ ਅੱਗੇ ਆਂਦਾ ਲੇਕਿਨ ਇਸ ਪੀਰੀਅਡ ਚ ਇਹ ਹੈ ਕਿ ਵੀ ਪੁਤਨ ਇਸ ਗੈਟਿੰਗ ਅਵੇ ਵਿਦ ਆਲ ਦਾ ਵਾਰ ਕਰਾਈਮਸ ਜਿਹੜੇ ਉਹਨੇ ਯੂਕਰੇਨ ਚ ਕਮਿਟ ਕੀਤੇ ਨੇ ਔਰ ਇਸੇ ਤਰ੍ਹਾਂ ਨਥਨੀਆਹੁ ਕਿਉਂਕਿ ਅਮਰੀਕਾ ਦੀ ਸ਼ੈਲਟਰ ਥੱਲੇ ਹੈ ਉਹ ਹੀ ਇਸ ਗੈਟਿੰਗ ਅਵੇ ਵਿਦ ਆਲ ਦਾ ਵਾਰ ਕਰਾਈਮਸ ਸਾਰਾ ਹੁਣ ਆਇਆ ਵੀ ਉਹਦੀ ਫੌਜ ਦੇ ਵਿੱਚ ਜਿਹੜਾ ਬਗਾਵਤ ਹੋ ਰਹੀ ਹੈ ਜਾਂ ਇਜ਼ਰਾਈਲ ਦੇ ਫੌਜੀਆਂ ਨੇ ਕੁਛ ਨੇ ਲਿਖਿਆ ਕਿ ਭਈ ਬੰਦ ਕਰੋ ਸਮਝੌਤਾ ਕਰੋ ਬੰਦੇ ਛਡਾਓ ਸੋ ਇਹ ਜਿਹੜੀ ਟੁੱਟਪਾ ਜੋ ਹੋ ਰਹੀ ਹੈ ਇਸ ਨਵੀਂ ਮੈਪ ਮੇਕਿੰਗ ਵੀ ਹੋਏਗੀ ਨਵਾਂ ਵਰਲਡ ਆਰਡਰ ਵੀ ਇਹਦੇ ਚੋਂ ਨਿਕਲੇਗਾ ਔਰ ਸਿੱਖ ਕੌਮ ਇਹ ਹੋਪ ਕਰ ਸਕਦੀ ਹੈ ਕਿ ਭਾਈ ਉਹਨਾਂ ਦਾ ਇਹ ਸਾਰੇ ਦੇ ਨਾਲ ਜਿਹੜਾ ਜੁੜਾਵ ਹੈ ਉਹ ਕੁਛ ਨਾ ਕੁਛ ਕਿਸੇ ਪਾਸੇ ਸਾਨੂੰ ਵੀ ਕੋਈ ਇਸ ਚੋਂ ਹਿੱਸਾ ਪੱਤੀ ਮਿਲ ਸਕਦੀ ਹੈ ਪਰ ਅਜੇ ਸਿਚੁਏਸ਼ਨ ਇਜ਼ ਵੈਰੀ ਫਲੂਇਡ Ingeh that's I thought bahut bahut thanx for the break viewers uh, tusi kitne jana milde after this short break